मैं तो सवाल करना बोलोगे एक मिनट सर जिवें लॉकडाउन आया अजक त्रेन दिन हो गया ठीक है जी उन्होंने छूट दी गई है कि 10 तो लैके 12 बजे तक हो सकता है यह फिर नहीं समझते कि 10-20 कस्टमर अंदर बेंदे ये बारे की कहना चाहते हो ये बारे यो कहना चाहना वा कि लोग अपनी सेफ्टी बारे नहीं सोचते ये सोचते कि असं अपना समान वेच लीए जो कि पता कि 10-12 के जिहड़ी चीज़ वेचनी कस्टमर आ गया तो उन्होंने बस 12 बजे तक डील करो उन्होंने कोई इन्होंने कोई साइन नहीं बनाए दुकान के बार ना किसी दुकान के बार कोई गोल घतारा बचा सारे अंदर दे अंदर वर जाते दुकानदार मुड़के जो 12 बजते हैं फिर उसे तरह बंद कर लेते 20 बंदे अंदर लॉकडाउन की तो कोई पालना ही नहीं करते पे किसी तरह से भी जो कोई कल जो कोई वायरस फैल जाता है वह जिम्मेवार कौन है सरकार होगी या पब्लिक होगी वह जिम्मेवार पब्लिक ही होगी जो पब्लिक को टाइम देता वै कि तुम्हें एक सिस्टम ने चलना लॉकडाउन पालना पूरी करनी है जो लॉकडाउन की पालना ही नहीं करन दे ਉਹਦੇ ਵਿੱਚ ਪਬਲਿਕ ਜ਼ਿੰਮੇਵਾਰ ਹੈ ਇਹ ਗੱਲ ਮੈਂ ਹੋਰ ਸੁਣਨਾ ਕਰਨਾ ਅੱਜ ਈਦ ਹੈਗੀ ਹੈ ਅੱਜ ਇਹਦੇ ਬਾਹਰ ਹਲਕੇ ਦੇ ਬਾਹਰ ਦੇਖੋ ਕਿੰਨੇ ਮਾਲ ਲੱਗੇ ਹੋਏ ਆ ਕਿੰਨਾ ਰਸ਼ ਹੈਗਾ ਜਿਵੇਂ ਮੇਲਾ ਨਹੀਂ ਹੁੰਦਾ ਪੱਤਰਕਾਰੀ ਦਾ ਉਂਝ ਹੋ ਰਿਹਾ ਇਹਦ
ਤੇ ਕੋਈ ਵੀ ਟ੍ਰੈਫਿਕ ਨਹੀਂ ਰਹੇਗੀ ਕਿਤੇ। ਜੇ ਬੰਦਾ ਆਪਣੀ ਡਿਊਟੀ ਨੂੰ ਡਿਊਟੀ ਨਹੀਂ ਸਮਝੇਗਾ ਤੇ ਫਿਰ ਤਾਂ ਉਹੀ ਸਿਸਟਮ ਰਹੇਗਾ, ਫਿਰ ਲੋਕਡਾਊਨ ਵੀ ਖਤਮ ਹੋ ਜਾਏਗਾ। ਬੰਦਾ ਆਪਣੀ ਡਿਊਟੀ ਨੂੰ ਡਿਊਟੀ ਸਮਝ ਕੇ ਕਰਦਾ ਜਾਵੇ, ਪਬਲਿਕ ਹਰ ਚੀਜ਼ ਨੂੰ ਸਮਝਦੀ ਹੈ ਕਿ ਜਿਹੜੀ ਪੁਲਿਸ ਆ ਪਬਲਿਕ ਵਾਸਤੇ ਬਣੀ ਹੈ, ਪੁਲਿਸ ਨਹੀਂ ਪਬਲਿਕ ਦੀ ਸੇਫਟੀ ਲਈ। ਤੇ ਜੇ ਅਸੀਂ ਇਹਨਾਂ ਨੂੰ ਸਮਝਾਉਂਦੇ ਉਹਦੇ ਵਿੱਚ ਇਹਨਾਂ ਦਾ ਫਾਇਦਾ ਵੈ, ਇਹ ਪਬਲਿਕ ਦਾ ਫਾਇਦਾ ਵੈ। ਪਬਲਿਕ ਨਹੀਂ ਸਮਝੇਗੀ ਤੇ ਫਿਰ ਉਹ ਵਾਇਰਸ ਫੈਲ ਜਾਏਗਾ। ਜ਼ਿੰਮੇਵਾਰ ਕੌਣ ਹੈਗਾ? ਸਰਕਾਰ ਕੀ ਪਬਲਿਕ ਹੋਏਗੀ? ਸਰ ਜਿਵੇਂ ਡੀਸੀ ਸਾਹਿਬ ਨੇ ਕਿਹਾ ਜੇ ਰੂਲ ਗੱਡੀਆਂ ਸਾਈਡ ਤੇ ਲੱਗੀਆਂ ਉਹਨਾਂ ਦਾ ਵੀ 25 ਘੱਟੋ ਘੱਟ ਚਲਾਨ ਹੋਣੇ ਚਾਹੀਦੇ ਆ, ਮਗਰ ਇੱਥੇ ਦੇਖੋ ਕਿੰਨੀ ਟ੍ਰੈਫਿਕ, ਦੇਖੋ ਤੁਸੀਂ ਖੁਦ ਵੇਖਦੇ ਹੋ ਟ੍ਰੈਫਿਕ ਪਬਲਿਕ ਨਾ ਗੱਡੀਆਂ ਲਾ ਕੇ ਇਕੱਲੇ ਇਕੱਲੇ ਗੱਡੀਆਂ ਦੋ ਦੋ ਬੰਦੇ ਗੱਡੀਆਂ ਲਾ ਕੇ ਆ ਰਹੇ ਆ, ਉਹਦੇ ਕਰਕੇ ਹੁੰਦਾ ਨਾ ਕੱਟਣੇ ਚਲਾਨ ਕੱਟ ਰਹੇ ਇਹਨਾਂ ਦੇ ਚਲਾਨ ਗੱਡੀਆਂ ਦੇ। ਠੀਕ ਹੈ ਸਰ, ਕਿੰਨੇ ਕੁ ਚਲਾਨ ਕਰ ਚੁੱਕੇ ਹੋ ਇਸ ਟਾਈਮ? ਕੀਤੇ 5-7 ਕੀਤੇ ਕਰਦੇ ਹੋ ਚਲਾਨ, ਜਿਹੜਾ ਗੱਡੀਆਂ ਲਈਆਂ ਨਾ ਕੱਟਣ ਲੱਗੇ ਚਲਾਨ ਚੁੱਕ ਚੁੱਕ ਕਰਦੇ ਉਹਨਾਂ ਨੂੰ। ਠੀਕ ਹੈ ਜੀ। ਕਰਕੇ ਦਿੱਤਾ ਕਰਕੇ ਕਰਦੇ ਆ।
रमन महाजन रमन महाजन जी तुम पता होना चाहिए कि लॉकडाउन घटो घट अच्छे त्रेन दिन गया गैरस वाले तो सरकार ने पूरी कोशिश कर रही है जी। देखो ਉਪਰੋਂ ਲੈ ਕੇ ਸੈਂਟਰ ਤੋਂ ਲੈ ਕੇ ਥੱਲੇ ਸਾਡੇ ਪੰਜਾਬ ਗੌਰਮੈਂਟ ਕਿੱਡਾ ਅੱਛਾ ਕੰਮ ਕਰ ਰਹੀ ਹੈ ਅਤੇ ਲੇਕਿਨ ਸਾਨੂੰ ਆਹ ਵੀ ਚਾਹੀਦਾ ਸਾਰੇ ਲੋਕਾਂ ਨੂੰ ਕਿ ਆਰਾਮ ਨਾਲ ਜਿਹੜਾ ਕੰਮ ਸੋਸ਼ਲ ਡਿਸਟੈਂਸਿੰਗ ਦਾ ਫਰਕ ਰੱਖਦੇ ਹੋਇਆ ਕੰਮ ਕੀਤਾ ਜਾਵੇ। ਆਪਣੀ ਸੇਫਟੀ ਇਹੋ ਜਿਹੀ ਕਿ ਆਉਂਦਿਆਂ ਹੱਥ ਧੁਆਈ ਦੇ ਜੀ ਉਹਦੇ 'ਚ ਸੈਨੀਟਾਈਜ਼ਰ ਨਾਲ ਅਤੇ ਗ੍ਰਾਹਕ ਨੂੰ ਕਹੀਦਾ ਜੀ ਵਨ ਬਾਈ ਵਨ ਆਓ ਜੀ। ਤੁਹਾਡੇ ਗੁਆਂਢੀ ਜੇ ਦੇਖੇ ਦੇਖੋ ਅਜੇ ਤੱਕ ਭੀੜ ਪਈ ਹੈ, ਉਹਨਾਂ ਨੂੰ ਕੋਈ ਡਰ ਨਹੀਂ ਹੈਗਾ, ਕੁਛ ਨਹੀਂ ਹੈਗਾ, ਕੱਲ੍ਹ ਨੂੰ ਦੁਕਾਨ ਸੀਲ ਹੋ ਗਈ ਜਾਂ ਕੁਛ ਹੋ ਗਿਆ ਉਹਦਾ ਜ਼ਿੰਮੇਵਾਰ ਸਰਕਾਰ ਨਹੀਂ ਹੋਏਗੀ। ਬਿਲਕੁਲ ਠੀਕ ਹੈ, ਕੋਈ ਬੰਦਾ ਹੋ ਜਾ ਸਕਦਾ ਹੈ, ਵੈਰਸ ਹੋ ਸਕਦਾ ਹੈ, ਬਿਲਕੁਲ ਮਗਰ ਇਹਨਾਂ ਨੂੰ ਕਿਵੇਂ ਦਾ ਛੁਪਾਇਆ ਹੈ। ਬਹੁਤ ਬਹੁਤ ਮੁਸ਼ਕਲ ਹੋ ਰਹੀ ਹੈ, ਅਸੀਂ ਤਾਂ ਸਰ ਗਾਹਕਾਂ ਨੂੰ ਹੀ ਡਿੱਕਣ ਦੇ ਆ ਜੀ, ਸਾਡਾ ਤਾਂ ਕੰਮ ਰੈਡੀਮੇਡ ਦਾ ਕਾਸਪੇਟ ਦੇ ਮਿੰਟ ਦੇ ਵਿੱਚ। ਸਰ ਇੱਕ ਗੱਲ ਸਰ, ਤੁਹਾਨੂੰ ਪਤਾ ਜੀ ਲੋਕਡਾਊਨ ਅੱਜ ਤਰੇਨ ਦਿਨ ਹੋ ਗਿਆ ਵੈਰਸ ਵਾਲੇ ਨੂੰ, ਮਗਰ ਤੁਸੀਂ ਇੱਡੀ ਰਾਤ ਦਿਨ ਮਿਹਨਤ ਕਰਦੇ ਪਏ ਹੋ, ਤੁਹਾਨੂੰ ਡਰ ਨਹੀਂ ਲੱਗਦਾ ਕਿ ਵਾਇਰਸ ਦਾ? ਸਰ ਨਹੀਂ, ਪੁਲਿਸ ਨੂੰ ਤਾਂ ਵਾਇਰਸ ਤੋਂ ਕੋਈ ਡਰ ਨਹੀਂ ਲੱਗਦਾ, ਕਹਿਣ ਦਾ ਮਕਸਦ ਆ ਵੀ ਅਸੀਂ ਲੋਕਾਂ ਦੀ ਸੇਫਟੀ ਦੇਖਣੀ ਆ ਪਹਿਲੇ ਨੰਬਰ 'ਤੇ। ਹਾਂਜੀ, ਜੇਕਰ ਇਹਨਾਂ ਦੀ ਸੇਫਟੀ ਆ ਤਾਂ ਸਾਡੀ ਡਿਊਟੀ ਸਹੀ ਆ। ਅਸੀਂ ਇਹਨਾਂ ਨੂੰ ਇਹੀ ਕਹਿੰਦੇ ਵੀ ਜਿਹੜਾ ਟਾਈਮ ਗੌਰਮੈਂਟ ਵੱਲੋਂ ਮਿਲਿਆ ਵਾ DC ਸਾਹਿਬ ਦੇ ਜੋ ਹੁਕਮਾਂ ਦੀ ਪਾਲਣਾ ਕਰੋ, ਜੇ ਉਹਨਾਂ 12 ਵਜੇ ਤੱਕ ਕਿਹਾ ਤਾਂ 12 ਵਜੇ ਬੰਦ ਕਰ ਦੇਣ। ਸਰ ਸਰਕਾਰ ਦੀਆਂ ਦਰਜੀਆਂ ਡਾ ਰਹੇ ਆ, ਕੋਈ ਲੋਕਡਾਊਨ ਦਾ ਕੋਈ ਵੀ ਇਹਨਾਂ ਨੇ ਹੈਗਾ ਅਤੇ ਇਹਨਾਂ ਨਾਲ ਰਸ਼ ਪਾ ਰਹੇ ਆ, ਇਹਨਾਂ ਨੇ ਦੁਕਾਨਾਂ ਵਿੱਚ ਕੋਲ 50 ਬੰਦੇ ਜਾਂਦੇ ਆ, ਕੋਈ ਸੇਫਟੀ ਆਪਣੀ ਵੀ ਇਹਨਾਂ ਲੋਕਾਂ ਦੀ? ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਜੇਕਰ ਲੋਕਡਾਊਨ ਦੀ ਨਹੀਂ ਪਾਲਣਾ ਕਰਨਗੇ ਤਾਂ ਇਹਨਾਂ 'ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਠੀਕ ਹੈ ਸਰ, ਥੈਂਕ ਯੂ। ਸਰ ਮੈਨੂੰ ਕੀ ਗੱਲ ਪੁੱਛਣਾ ਚਾਹੁੰਦਾ, ਜਿਵੇਂ ਲੋਕਡਾਊਨ ਹੋਇਆ ਅੱਜ ਇਸ ਕਰਕੇ ਜੇ 12 ਵਜੇ ਦਾ ਟਾਈਮ ਹੈ ਤਾਂ 12 ਵਜੇ ਇਹਨੂੰ ਬੰਦ ਕੀਤਾ ਜਾਵੇ ਦੁਕਾਨ ਆਪਣੀਆਂ ਨੂੰ, ਇੱਥੇ ਕਿਸੇ ਤਰ੍ਹਾਂ ਦੀ ਕੋਈ ਮੂਵਮੈਂਟ ਨਹੀਂ ਚਾਹੀਦੀ। ਉਸ ਤੋਂ ਬਾਅਦ ਆਪਣੀ ਮਾਰਕੀਟ ਜਿਹੜੀ ਹੋਲਸੇਲ ਵਿੱਚ ਆਉਂਦੀ ਹੈ, ਇਸ ਕਰਕੇ ਮਜਬੂਰ ਨਹੀਂ ਕਰੀ ਜਾਂਦੇ, ਤੁਹਾਨੂੰ ਕਿਹਾ ਜਾਵੇ ਤੇ ਫੇਰ ਹੀ ਬੰਦ ਕਰਾਂਗੇ ਅਸੀਂ। ਸਰ ਇੱਕ ਮਿੰਟ ਦੁਬਾਰਾ ਰਿਪੀਟ ਕਰਨਾ ਹੈ, ਤੇ ਮਾਰਕੀਟ ਵਾਲੇ ਮੈਂ ਦੁਬਾਰਾ ਸੂਚਿਤ ਕਰਦਾ ਆ, ਇਹਨਾਂ ਦੀ ਟਾਈਮਿੰਗ ਜਿਹੜੀ 12 ਵਜੇ ਤੱਕ ਦੀ ਹੈ, 12 ਵਜੇ ਤੱਕ ਇਹਨਾਂ ਦੀ ਟਾਈਮਿੰਗ ਹੈ, 12 ਵਜੇ ਤੋਂ ਬਾਅਦ ਕਿਸੇ ਤਰ੍ਹਾਂ ਦੀ ਕੋਈ ਵੀ ਮੂਵਮੈਂਟ ਨਹੀਂ ਚਾਹੀਦੀ ਇਸ ਮਾਰਕੀਟ ਦੇ ਵਿੱਚ, ਹੋਲਸੇਲ ਮਾਰਕੀਟ ਆ, 12 ਵਜੇ ਤੱਕ, 12 ਵਜੇ ਤੋਂ ਬਾਅਦ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਊਗਾ, 12 ਵਜੇ ਤੋਂ ਬਾਅਦ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਊਗਾ, ਜੇ ਤੋਂ ਦੁਕਾਨਦਾਰ ਲੱਭ ਗਿਆ ਤੇ ਦੁਕਾਨ ਖੁੱਲੀ ਹੈ ਤਾਂ। ਇਸ ਕਰਕੇ ਅਸੀਂ ਤੁਹਾਨੂੰ ਪਹਿਲਾਂ ਵੀ ਕਈ ਵਾਰ ਰਿਕੁਐਸਟ ਕੀਤੀ ਹੈ ਵੀ ਕੋਆਪਰੇਟ ਕਰੋ, ਇੱਥੇ ਝੁੰਡ ਤੇ ਮੇਲਾ ਬਣਾਉਣ ਦੀ ਕੋਸ਼ਿਸ਼ ਨਾ ਕਰੋ ਭਾਈ। ਇੱਕ ਕਿਸਾਨ ਹਾਂ, ਉਹਨਾਂ ਨੂੰ ਗੱਲ ਕਰਾਂ ਜੀ। ਹਾਂ ਠੀਕ ਆ, ਆਏ ਨੀਰਜ ਭਾਅ ਜੀ? ਆਇਆ ਫਸਟ।